हलचल टीवी न्यूज। ਸਰ ਇਹ ਤੈਅ ਤਾਂ 10 ਮਾਰਚ ਨੂੰ ਹੋਇਆ ਜੀ, ਇਹਨਾਂ ਨੇ ਡੇਟ ਫਿਕਸ ਕਰੀ ਸੀ 25 ਮਾਰਚ ਦੀ। ਅੱਛਾ, ਹਾਂਜੀ। ਫਿਰ ਤੁਸੀਂ ਅੱਜ ਕਿਵੇਂ ਕਰਵਾਇਆ ਗਿਆ? ਸਰ ਸਾਨੇ SDM ਦੀ ਪਰਮਿਸ਼ਨ ਲੈ ਕੇ ਕਰਵਾਇਆ ਜੀ, ਕੱਲ੍ਹ SDM ਦੀ ਪਰਮਿਸ਼ਨ ਲਿੱਤੀ ਜੀ, ਪਰਸੋਂ। ਉਦੋਂ ਆ ਕੇ ਤਿੰਨ ਅਸੀਂ ਤਾਂ ਲੈ ਰਹੇ ਸੀ 5 ਬੰਦੇ ਦੀ ਪਰਮਿਸ਼ਨ ਜੀ, 7 ਬੰਦੇ ਦੀ। ਉਹਨਾਂ ਨੇ ਸਾਨੂੰ ਪਰਮਿਸ਼ਨ 3 ਬੰਦੇ ਦਿੱਤੀ ਹੈ ਜੀ। ਅੱਛਾ, ਪਟਿਆਲੇ ਗਏ ਤੁਸੀਂ? ਹਾਂਜੀ, ਪਟਿਆਲੇ ਗਏ। ਨਾ ਨਾਭੇ ਲਈ ਹੈ ਪਰਮਿਸ਼ਨ ਦੀ, SDM ਦੀ ਪਰਮਿਸ਼ਨ ਤਾਂ ਨਾਭੇ ਗਈ ਹੈ। ਮੈਂ ਨਾਭੇ ਤੋਂ, ਹਾਂ ਨਾਭਾ ਪਟਿਆਲੇ ਤੋਂ ਗਏ ਜੀ। ਪਟਿਆਲੇ ਵਿਆਹ ਤੁਹਾਡਾ ਕਿੱਥੇ? ਪਟਿਆਲੇ ਸਰ। ਉੱਥੇ ਕਿੰਨੇ ਸੀ ਪਰਿਵਾਰਕ ਮੈਂਬਰ? ਸਰ ਉੱਥੇ ਵੀ 4 ਜਾਂ 5 ਮੈਂਬਰ ਸੀ ਜੀ ਪਰਿਵਾਰ ਦੇ। ਅੱਛਾ, ਮਾਤਾ ਪਿਤਾ ਅਤੇ ਬਸ ਇਹਨਾਂ ਦੇ, ਇਹਨੇ ਬ੍ਰਦਰ ਅਤੇ ਇਹਨੇ ਸਿਸਟਰ। ਤੁਸੀਂ ਵਧੀਆ ਉਪਰਾਲਾ ਮੰਨ ਲਓ ਸਰਕਾਰ ਵੱਲੋਂ ਜਿਹੜਾ ਇਹ ਕੀਤਾ ਜਾ ਰਿਹਾ ਜਿਵੇਂ ਕਰੋਨਾ ਵਾਇਰਸ ਨੂੰ ਦੇਖ ਲਿਆ? ਹਾਂਜੀ ਹਾਂਜੀ, ਬਿਲਕੁਲ ਬਹੁਤ ਵਧੀਆ ਜੀ, ਬਹੁਤ ਵਧੀਆ। ਇਹਨਾਂ ਦਾ ਮੋਦੀ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ, ਕਿਉਂਕਿ ਜਿਸ ਤਰ੍ਹਾਂ ਨਾਲ ਤੁਸੀਂ ਬਿਮਾਰੀ ਫੈਲੀ ਹੋਈ ਹੈ ਜੀ, ਇਟਲੀ 'ਚ ਲਾ ਲਓ, ਚੀਨ 'ਚ ਲਾ ਲਓ, ਅਮੈਰੀਕਾ 'ਚ, ਜ਼ਿਆਦਾ ਇੰਨੇ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਵੀ ਉਹ ਇਹਨਾਂ 'ਤੇ ਪ੍ਰਭਾਵ ਨਹੀਂ ਪਾ ਸਕੇ ਜੀ। ਫਿਰ ਵੀ ਇਹਦਾ ਚਲੋ ਮੋਦੀ ਸਰਕਾਰ ਨੇ ਪਹਿਲਾਂ ਸੋਚਿਆ ਗਾ ਵੀ ਸਾਨੂੰ ਪਹਿਲਾਂ ਕਦਮ ਚੱਕਣਾ ਚਾਹੀਦਾ ਜੀ, ਅਸੀਂ ਉਹਨਾਂ ਦੇ ਸਹਿਮਤ ਅਸੀਂ ਉਹਨਾਂ ਨਾਲ ਇਹ ਗੱਲ ਤੋਂ। ਤੁਹਾਡੇ ਚਾਹ ਵੀ ਪਿੱਛੇ ਰਹਿ ਗਏ ਹੁਣ ਇਹਨੇ ਘਰਦਿਆਂ ਦੁਆਰਾ? ਹਾਂ ਸਰ, ਚਾਹ ਤਾਂ ਫਿਰ ਰਹਿ ਗਈ, ਪਰ ਸਾਨੇ ਆਪਣਾ ਵੀ ਦੇਖਣਾ ਸੀ ਸਰ, ਜੇ ਚਾਹ ਦੇਖਦੇ ਫਿਰ ਸਾਨੂੰ ਬਿਮਾਰੀ ਲੱਗਦੀ ਸਰ, ਇਹ ਵੀ ਦੇਖਣਾ ਸਾਨੇ, ਇਕੱਠ ਕਰਦੇ ਜੀ, ਸਾਨੂੰ ਉਹ ਵੀ ਦੇਖਣਾ ਸੀ। ਤੁਹਾਨੂੰ ਪਹਿਲਾਂ ਕਾਫੀ ਚਾਹ ਹੋਣਾ ਵੀ ਰੀਤੀ ਰਿਵਾਜਾਂ ਨਾਲ ਵਿਆਹ ਹੋਊਗਾ, ਅਤੇ ਅੱਜ ਇਸ ਮਹਾਂਮਾਰੀ ਦੇ ਕਾਰਨ ਜਿਹੜਾ ਹੈਗਾ ਕਾਫੀ ਲੋਕ ਪਰੇਸ਼ਾਨ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਮੈਰਿਜ ਹੋਈ? ਹਾਂਜੀ ਬਿਲਕੁਲ ਸਰ, ਚਾਹ ਤਾਂ ਹੈਗਾ ਸੀਗਾ, ਬਹੁਤ ਜ਼ਿਆਦਾ ਚਾਹ ਸੀਗਾ ਕਿ ਪੇਰੈਂਟਸ ਨੂੰ ਵੀ ਬਹੁਤ ਸੀਗਾ ਕਿ, ਕਿਉਂਕਿ 2 ਸਿਸਟਰ ਦੀ ਪਹਿਲਾਂ ਮੈਰਿਜ ਹੋ ਚੁੱਕੀ ਆ, ਉਹ ਵੀ ਬਸ ਛੇਤੀ ਛੇਤੀ 'ਚ ਹੋਈ ਸੀਗੀ, ਤਾਂ ਉਹਨਾਂ ਨੂੰ ਸੀਗਾ ਕਿ ਹਾਂ ਕਿ ਅਸੀਂ ਇਸਦਾ ਵੀ ਜਿਹੜੀ ਮੈਰਿਜ ਆਏਗੀ ਅਸੀਂ ਬੜੇ ਚਾਵਾਂ ਨਾਲ ਕਰਾਂਗੇ, ਸ਼ੌਂਕ ਵੀ ਸਾਰੇ ਸ਼ੌਂਕ ਅਸੀਂ ਪੂਰੇ ਕਰਾਂਗੇ। ਤਾਂ ਉਸ ਤੋਂ ਬਾਅਦ ਕਿ ਚਲੋ ਜੋ ਇਹ ਫੈਮ ਬਿਮਾਰੀ ਫੈਲੀ ਹੋਈ ਹੈ ਉਹਦੇ ਕਾਰਨ ਚਾਹ ਨਹੀਂ ਪੂਰੇ ਹੋ ਸਕੇ, ਚਲੋ ਜੋ ਵੀ ਹੋਇਆ ਹੈ ਨਾ, ਮੋਦੀ ਸਰਕਾਰ ਜੋ ਵੀ ਕਰ ਰਹੀ ਹੈ ਆਪਣੇ ਭਲਾਈ ਦੇ ਲਈ ਕਰ ਰਹੀ ਹੈ, ਬਟ ਜਿਹੜੀ ਦੁਨੀਆ ਹੈ ਕਿ ਉਸ ਚੀਜ਼ ਨੂੰ ਨਹੀਂ ਮੰਨ ਰਹੀ ਹੈਗੀ, ਤਾਂ ਅਸੀਂ ਤਾਂ ਬਿਲਕੁਲ ਸਹਿਮਤ ਹਾਂ ਕਿ ਸਭ ਦੇ ਨਾਲ ਕਿ ਹਾਂ ਵੀ ਇੱਦਾਂ ਹੋਣਾ ਚਾਹੀਦਾ ਕਿ ਆਪਣੀ ਸੇਫਟੀ ਆਪਣੇ ਹੱਥ ਹੁੰਦੀ ਹੈਗੀ, ਬਿਲਕੁਲ ਸਾਨੂੰ ਕਰਨਾ ਚਾਹੀਦਾ, ਪਰ ਦੁਨੀਆ ਨਹੀਂ ਕਰ ਰਹੀ ਹੈਗੀ। ਤਾਂ ਜੇ ਦੁਨੀਆ ਕਰੇ ਤਾਂ ਸ਼ਾਇਦ ਵੀ ਇਹ ਥੋੜ੍ਹਾ ਵੀ ਜਿਵੇਂ ਜ਼ਿਆਦਾ ਅੱਗੇ ਤੋਂ ਅੱਗੇ ਕਰਫਿਊ ਜਿਹੜੇ ਵੱਧ ਰਹੇ ਨੇ ਉਹ ਘੱਟ ਸਕਦੇ ਨੇ ਜੇ ਦੁਨੀਆ ਕਹਿਣੇ 'ਤੇ ਚੱਲੇ ਤਾਂ। ਸਿਰਫ ਦੋਨਾਂ ਪਰਿਵਾਰ ਸਿਰਫ 6 ਮੈਂਬਰ ਸੀ ਤੁਸੀਂ ਜਿਹੜਾ ਵਿਆਹ ਹੋਇਆ? ਹਾਂਜੀ ਸਰ, 3 ਜਣੇ ਗਏ ਸੀਗੇ, ਫਾਦਰ ਸਾਹਿਬ ਗਏ ਸੀਗੇ, ਗਏ ਸੀ ਅਤੇ ਇਹਨਾਂ ਦੇ ਬ੍ਰਦਰ ਸੀਗੇ ਬੜੇ ਵਾਲੇ, ਤਾਂ ਉੱਧਰੋਂ ਮੇਰੇ ਫਾਦਰ ਸਾਹਿਬ ਸੀਗੇ, ਮਦਰ ਸੀਗੇ ਔਰ ਬ੍ਰਦਰ ਸੀ ਮੇਰਾ, 1-2 ਸਿਸਟਰ ਸੀਗੀਆਂ। ਤੁਸੀਂ ਖੁਸ਼ ਹੋ? ਹਾਂਜੀ ਬਿਲਕੁਲ ਖੁਸ਼ ਹਾਂ। ਰਵਿੰਦਰ ਸਿੰਘ ਜੀ, ਇਹ ਮੈਰਿਜ ਕਿੰਨੇ ਬੰਦੇ ਗਏ ਹੋ? ਤੁਹਾਡੀ ਪਹਿਲੀ ਡੇਟ ਰੱਖੀ, ਕਦੋਂ ਡੇਟ ਰੱਖੀ ਹੋਈ? ਡੇਟ ਸਰ ਪਹਿਲਾਂ ਦੀ ਰੱਖੀ ਹੋਈ ਸੀ, ਬਟ ਐਂ ਵੀ ਹੁਣ ਕਰੋਨਾ ਕਰਕੇ ਥੋੜ੍ਹਾ ਜਿਹਾ ਇਹ ਨਹੀਂ ਪਤਾ ਵੀ ਕਿੰਨੇ ਟਾਈਮ ਤੱਕ ਆਉਗਾ, ਇਸ ਕਰਕੇ 3 ਜਣਿਆਂ ਦੀ ਪਰਮਿਸ਼ਨ ਦਿੱਤੀ ਗਈ ਸੀ। ਕਿੱਥੋਂ ਲਿਆਂਦਾ ਵਿਆਹ? ਇਹ ਪਟਿਆਲੇ ਤੋਂ ਲਿਆਂਦਾ ਜੀ। 3 ਜਣੇ ਸੀ? ਹਾਂਜੀ ਹਾਂਜੀ। ਸਿਰਫ ਸਿੰਪਲ ਕੀਤਾ? ਬਿਲਕੁਲ ਸਿੰਪਲ ਵਿਆਹ ਕੀਤਾ, ਆਨੰਦ ਕਾਰਜ, ਆਨੰਦ ਕਾਰਜ ਉਹਨਾਂ ਦੇ ਬਸ ਘਰ ਕਰਦੇ ਸੀ, 3-4 ਘਰ ਕਰਦੇ ਸੀ, 5-7। ਅੱਛਾ, ਆਪਣੀ ਜਾਨ ਨੂੰ ਦੇਖੋ, ਆਪਣਾ ਬਚਾਓ ਚ ਬਚਾਓ ਆ, ਸਾਨੂੰ ਵੀ ਇੱਕ ਮਜਬੂਰੀ ਵਾਸਤੇ ਜਾਣਾ ਪਿਆ, ਕਿਉਂਕਿ ਕਰੋਨਾ ਦਾ ਇਹ ਨਹੀਂ ਪਤਾ ਵੀ ਕਿੰਨੇ ਟਾਈਮ ਤੱਕ ਅੱਗੇ ਇਹ ਜਾਂਦਾ, ਕਿੰਨਾ ਟਾਈਮ ਅੱਗੇ ਤੱਕ ਰਹੂਗਾ, ਬਟ ਐਂ ਵੀ ਅਸੀਂ ਸਿਰਫ 3 ਬੰਦੇ ਗਏ ਅਤੇ ਜਾ ਕੇ ਲਿਆ ਆਨੰਦ ਕਾਰਜ ਕਰਾ ਕੇ।